ਕਿ ਤੁਸੀਂ ਜਲਦੀ ਹੀ ਸਰਕਾਰ ਦੇ ਨਾਲ ਬੈਠ ਕੇ ਆਪਾਂ ਬੈਠ ਕੇ ਡਿਟੇਲ ਦੇ ਵਿੱਚ ਇਹਨਾਂ ਮਸਲਿਆਂ ਦੇ ਉੱਤੇ ਗੱਲ ਕਰਾਂਗੇ। ਸਰਕਾਰ ਇਹਨਾਂ ਮਸਲੇ ਦੇ ਪ੍ਰਤੀ ਪੂਰੀ ਗੰਭੀਰ ਹੈ ਔਰ ਪੂਰੀ ਹਮਦਰਦੀ ਰੱਖਦੀ ਹੈ। ਜਦੋਂ ਆਪਾਂ ਬੈਠਾਂਗੇ ਤੇ ਉਦੋਂ ਆਪਣਾ ਇਹ ਮਸਲੇ ਜਿਹੜੇ ਆ ਜਿਹੜੇ ਅਸੀਂ ਹੱਲ ਕਰ ਸਕਦੇ ਹੋਏ ਅਸੀਂ ਕਰਾਂਗੇ। ਜਿਹੜੇ ਕੋਈ ਕੇਂਦਰ ਸਰਕਾਰ ਨੂੰ ਲਿਖ ਕੇ ਭੇਜਣੇ ਹੋਣਗੇ ਉਹ ਭੇਜਾਂਗੇ। ਸੋ ਮੈਂ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਇਹ ਵਿਸ਼ਵਾਸ ਦਵਾਉਂਦਾ ਕਿ ਅਸੀਂ ਹਮਦਰਦੀ ਦੇ ਨਾਲ ਤੁਹਾਡੇ ਨਾਲ ਬੈਠ ਕੇ ਅਗਲੇ ਦਿਨਾਂ ਦੇ ਵਿੱਚ ਸੀਐਮ ਸਾਹਿਬ ਥੋੜੀ ਅਜੇ ਤਬੀਅਤ ਠੀਕ ਨਹੀਂ, ਅੱਜ ਥੋੜੇ ਮਿਲੇ ਹੋ, ਜਦੋਂ ਠੀਕ ਹੋ ਜਾਂਦੇ ਆ ਤੇ ਆਪਾਂ ਫਿਰ ਬੈਠ ਕੇ ਜਿਹੜਾ ਉਹ ਤੁਹਾਡੇ ਨਾਲ ਅਧਿਕਾਰੀਆਂ ਦੀ ਵੀ ਡਿਊਟੀ ਲਾਉਣਗੇ, ਸਾਡੀ ਜੇ ਮੰਤਰੀਆਂ ਦੀ ਲੱਗੂਗੀ ਸਾਡੀ ਵੀ ਲੱਗੂਗੀ ਤੇ ਅਸੀਂ ਵੀ ਆਵਾਂਗੇ। ਜੇ ਐਡਵੋਕੇਟ ਜਨਰਲ ਸਾਹਿਬ ਉਹਨਾਂ ਦੀ ਲੋੜ ਪਊਗੀ ਤੇ ਉਹਨਾਂ ਨੂੰ ਵੀ ਸੱਦਾਂਗੇ। ਸੋ ਆਪਾਂ ਜਲਦੀ ਜਿਹੜਾ ਮੈਂ ਤੁਹਾਨੂੰ ਬਸ ਇਹੀ ਭਰੋਸਾ ਦਵਾਉਣਾ ਚਾਹੁੰਦਾ ਕਿ ਤੁਹਾਡੀਆਂ ਮੰਗਾਂ ਪ੍ਰਤੀ ਸਰਕਾਰ ਜਿਹੜੀ ਆ ਗੰਭੀਰ ਹੈ ਔਰ ਅਸੀਂ ਹਰ ਤਰ੍ਹਾਂ ਤੁਹਾਡੀਆਂ ਮੰਗਾਂ ਦੇ ਉੱਤੇ ਵਿਚਾਰ ਕਰਾਂਗੇ, ਮੀਟਿੰਗ ਕਰਾਂਗੇ, ਤੁਹਾਨੂੰ ਵੀ ਬੁਲਾਵਾਂਗੇ ਔਰ ਚੰਗੇ ਸਿੱਟੇ ਜਿਹੜੇ ਉਹ ਵਧੀਆ ਨਿਕਲਣਗੇ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ। ਅਸੀਂ ਜਿਹੜੀਆਂ ਮੋਰਚੇ ਵਾਲੇ ਭਰਾਵਾਂ ਨੇ ਜਿਹੜੀਆਂ ਮੰਗਾਂ ਦੱਸੀਆਂ ਉਹਨਾਂ ਦੇ ਉੱਤੇ ਪੂਰਾ ਜਿਹੜੀ ਵਿਚਾਰ ਚਰਚਾ ਕਰਾਂਗੇ, ਮੀਟਿੰਗ ਕਰਾਂਗੇ। ਮੈਨੂੰ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਭੇਜਿਆ ਮੰਗਾਂ ਦਾ ਕਾਨੂੰਨੀ ਪੱਖ ਕੀ ਹੈ, ਮੰਗਾਂ ਦਾ ਸਿਆਸੀ ਪੱਖ ਜਾਂ ਦੂਜੇ ਪੱਖ ਕਿਹੜੇ ਕਿਹੜੇ ਆ, ਇਹ ਸਾਰੀਆਂ ਮੰਗਾਂ ਦੇ ਉੱਤੇ ਵਿਚਾਰ ਕਰਕੇ ਤੇ ਆਪਾਂ ਇਹਨਾਂ ਦੀਆਂ ਜਿਹੜੀਆਂ ਮੰਗਾਂ ਉਹਦਾ ਮਸਲਾ ਜਿਹੜਾ ਉਹ ਹੱਲ ਕਰਾਂਗੇ। ਇਹ ਮੈਂ ਉਹਨਾਂ ਨੂੰ ਆਪਣੇ ਮੋਰਚੇ ਵਾਲੇ ਸਾਥੀਆਂ ਨੂੰ ਜਿਹੜਾ ਉਹ ਵਿਸ਼ਵਾਸ ਦਵਾ ਕੇ ਆਇਆ ਕਿ ਸਰਕਾਰ ਉਹਨਾਂ ਦੇ ਨਾਲ ਪੂਰੀ ਹਮਦਰਦੀ ਰੱਖਦੀ ਹੈ, ਸਰਕਾਰ ਉਹਨਾਂ ਦੀਆਂ ਮੰਗਾਂ ਤੇ ਪੂਰੀ ਗੰਭੀਰ ਹੈ, ਇਹ ਮੈਂ ਕਹਿ ਕੇ ਆਇਆ ਔਰ ਜਲਦੀ ਆਪਾਂ ਇਹਨਾਂ ਦੇ ਨਾਲ ਮੀਟਿੰਗ ਜਿਹੜੀ ਉਹ ਕਰਾਂਗੇ। ਸਾਹਿਬ ਕਹਿੰਦੇ ਕਿ ਸਖਤ ਕਾਨੂੰਨ ਬਣਨਾ ਚਾਹੀਦਾ ਬੇਅਦਬੀ ਦੇ ਮਸਲਿਆਂ ਨੂੰ ਲੈ ਕੇ, ਕਿਉਂਕਿ ਬਹੁਤ ਸਾਰੀ ਬੇਅਦਬੀਆਂ ਹੋ ਰਹੀਆਂ ਨੇ, ਉਹਨਾਂ ਮਸਲਿਆਂ ਨੂੰ ਲੈ ਕੇ ਸਖਤ ਕਾਨੂੰਨ ਬਣਾਇਆ ਜਾਵੇ। ਦੇਖੋ ਅਸੀਂ ਤਾਂ ਪਹਿਲਾਂ ਹੀ ਆਲਰੇਡੀ ਸਾਡੀ ਸਰਕਾਰ ਤਾਂ ਇਸ ਗੱਲ ਲਈ ਗੰਭੀਰ ਵੀ ਆ, ਉਹ ਅਸੀਂ ਜਿੱਥੇ ਵੀ ਪਤਾ ਲੱਗਦਾ ਉੱਥੇ ਹੀ ਮਤਲਬ ਜਿਹੜਾ ਸਖਤੀ ਦੇ ਨਾਲ ਪੇਸ਼ ਆਉਂਦੇ ਆ। ਜੇ ਇਹ ਤੋਂ ਅੱਗੇ ਵੀ ਕਾਨੂੰਨ ਤੇ ਹੈਗੇ ਆ, ਕਾਨੂੰਨ ਨੂੰ ਲਾਗੂ ਕਰਨ ਦੀ ਗੱਲ ਹੈ, ਜੇ ਇਹਦੇ ਤੋਂ ਅੱਗੇ ਵੀ ਕੋਈ ਕਾਨੂੰਨ ਸਖਤ ਬਣਾਉਣਾ ਪਊ ਤੇ ਅਸੀਂ ਕਿਸੇ ਵੀ ਧਰਮ ਦੀ ਕਿਸੇ ਵੀ ਧਰਮ ਗ੍ਰੰਥ ਦੀ ਜਿਹੜਾ ਕੋਈ ਬੰਦਾ ਉਹਦੇ ਨਾਲ ਕੋਈ ਗਲਤ ਕਾਰਵਾਈ ਕਰਦਾ ਅਸੀਂ ਉਹਦੇ ਖਿਲਾਫ਼ ਸਖਤ ਕਾਰਵਾਈ ਕਰਾਂਗੇ ਜੇ ਲੋੜ ਪਊਗੀ। ਤੇ ਕੋਈ ਨੀ, ਅਸੀਂ ਅਸੈਂਬਲੀ ਚ ਬੈਠ ਕੇ ਕੋਈ ਹੋਰ ਵੀ ਜੇ ਵਧੀਆ ਕੋਈ ਕਾਨੂੰਨ, ਪਹਿਲੀ ਗੱਲ ਤਾਂ ਲੋੜ ਹੀ ਨਹੀਂ, ਪਰ ਜੇ ਹੋਊਗੀ ਤਾਂ ਆਪਾਂ ਕੋਈ ਨੀ ਕਰਾਂਗੇ। ਕੋਈ ਨੀ, ਬਿੱਟੂ ਕੀ ਕਹਿੰਦਾ ਕੀ ਨੀ ਕਹਿੰਦਾ ਉਹਦੇ ਵਿਚਾਰ ਆ, ਸਾਡੇ ਆਪਣੇ ਵਿਚਾਰ ਆ ਸਰਕਾਰ ਦੇ, ਬਿੱਟੂ ਹੋਣੀ ਬੀਜੇਪੀ ਦੇ ਵਿੱਚ ਨੇ, ਉਹਨਾਂ ਦੇ ਆਪਣੇ ਖਿਆਲ ਆ, ਠੀਕ ਹੈ ਜੀ, ਉਹ ਨਾਲ ਆ ਤਾਂ ਉਹਨਾਂ ਨੂੰ ਵੀ ਸੈਂਟਰ ਚ ਗੱਲ ਕਰਨੀ ਚਾਹੀਦੀ ਹੈ, ਅਸੀਂ ਇੱਥੇ ਕਰਾਂਗੇ ਉਹ ਸੈਂਟਰ ਚ ਕਰਨ, ਪਰ ਅਸੀਂ ਜਿਹੜੀਆਂ ਇਹਨਾਂ ਦੀਆਂ ਮੰਗਾਂ ਦੇ ਉੱਤੇ ਪੂਰੀ ਹਮਦਰਦੀ ਦੇ ਨਾਲ ਤੇ ਪੂਰੀ ਗੰਭੀਰਤਾ ਦੇ ਨਾਲ ਜਿਹੜਾ ਵਿਚਾਰ ਕਰ। ਅਗਲੀ ਮੀਟਿੰਗ ਕਦੋਂ ਹੋਣ ਵਾਲੀ ਹੈ, ਕੋਈ ਟਾਈਮ? ਕੋਈ ਮੀਟਿੰਗ ਦਾ ਸਮਾਂ ਰੱਖਿਆ ਸੀ ਜਲਦੀ, ਕਿਉਂਕਿ ਇਹਦੇ ਸੀਐਮ ਸਾਹਿਬ ਦੀ ਸਿਹਤ ਥੋੜੀ ਠੀਕ ਨਹੀਂ, ਜਲਦੀ ਅਸੀਂ ਮੀਟਿੰਗ ਦਾ ਸਮਾਂ ਜਿਹੜਾ ਇਹਨਾਂ ਨੂੰ ਦੱਸਾਂਗੇ। ਅਗਲੀ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੀ ਸ਼ਾਮਿਲ ਰਹਿਣਗੇ? ਨਹੀਂ, ਜ਼ਰੂਰੀ ਨਹੀਂ ਕਿ ਸਾਡੇ ਅਧਿਕਾਰੀ ਆਦਮੀ ਜੋ ਮੰਤਰੀਆਂ ਦੀ ਡਿਊਟੀ ਲੱਗ ਜੂ, ਕੋਈ ਜ਼ਰੂਰੀ ਨਹੀਂ ਕਿ ਮੁੱਖ ਮੰਤਰੀ ਸਾਹਿਬ ਆਉਣਗੇ, ਜਦੋਂ ਕਿਤੇ ਲੋੜ ਪਊ ਤੇ ਆ ਵੀ ਜਾਣਗੇ, ਪੰਜਾਬ ਦੇ ਮੁੱਖ ਮੰਤਰੀ ਐਡੀ ਕੋਈ ਗੱਲ ਨਹੀਂ, ਪਰ ਉਹਦੇ ਤੋਂ ਪਹਿਲਾਂ
ਕਿਉਂਕਿ ਇਹ ਮਸਲੇ ਜਿਹੜੇ ਕਾਨੂੰਨੀ ਜ਼ਿਆਦਾ ਆ, ਇਹ ਅਧਿਕਾਰੀਆਂ ਦੇ ਨਾਲ ਐਡਵੋਕੇਟ ਜਨਰਲ ਦੇ ਨਾਲ ਜ਼ਿਆਦਾ ਸੰਬੰਧ ਰੱਖਦੇ ਆ, ਗ੍ਰਹਿ ਮੰਤਰਾਲੇ ਦੇ ਨਾਲ ਜ਼ਿਆਦਾ ਸੰਬੰਧ ਰੱਖਦੇ ਆ। ਇਸ ਕਰਕੇ ਗ੍ਰਹਿ ਮੰਤਰਾਲੇ ਦੇ ਨਾਲ ਸੰਬੰਧਿਤ ਅਧਿਕਾਰੀ ਜਿਹੜੇ ਆ ਉਹ ਇਹਨਾਂ ਮੀਟਿੰਗਾਂ ਦੇ ਸ਼ਾਮਿਲ ਹੋਣੇ ਜ਼ਰੂਰੀ ਆ, ਉਹਨਾਂ ਦੇ ਨਾਲ ਆਪਾਂ ਇਹਨਾਂ ਦੀਆਂ ਮੀਟਿੰਗਾਂ ਕਰਾਂਗੇ।